ਬਾਇਆ ਦੇ ਬੱਬੂ ਮਾਨ ਦੇ ਫੈਨ ਨੇ, ਉਹ ਬੋਲੀ ਜਾਂਦੇ ਨੇ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀ ਜਾਂਦੇ ਨੇ, ਉਹਦੀਆਂ ਕਲਿੱਪਾਂ ਬਣਾ ਬਣਾ ਪਾਈ ਜਾਂਦੇ ਨੇ, ਅਤੇ ਅੱਗੋਂ ਮੈਨੂੰ ਕਹਿੰਦੇ, ਕਹਿੰਦੇ ਤੂੰ ਕਹਿੰਦਾ ਗਾਲਾਂ ਨਾ ਕੱਢੋ ਅਤੇ ਤੂੰ ਤਾਂ ਇਹਨੂੰ ਕੰਜਰੀਆਂ ਕਹਿੰਦਾ। ਇੱਕ ਤਾਂ ਮੈਨੂੰ ਇਹ ਨਹੀਂ ਪਤਾ ਵੀ ਇਹਨਾਂ ਨੂੰ ਗਧੇ ਨੂੰ ਘੋੜਾ ਬਣਾਉਣ ਦੀ ਪਤਾ ਨਹੀਂ ਕੀ ਆਦਤ ਪਈ ਹੋਈ ਆ, ਪੋਚੇ ਮਾਰਨ ਦੀ ਬਹੁਤ ਆਦਤ ਆ। ਇਹਨੂੰ 20 ਵਾਰ ਦੱਸਿਆ ਕਿ ਜੋ ਕੰਜਰਖਾਨਾ ਕਰਦਾ ਹੁੰਦਾ, ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ, ਉਹ ਕੰਜਰ ਅਤੇ ਕੰਜਰੀਆਂ ਕਹਾਉਂਦੇ ਨੇ, ਇੱਕ ਪੇਸ਼ੇ ਦਾ ਨਾਮ ਆ। ਹੁਣ ਬੱਬੂ ਮਾਨ ਨੇ ਆਪ ਕਿਹਾ ਕਈ ਵਾਰ ਕਿ ਅਸੀਂ ਤਾਂ ਕੰਜਰ ਹਾਂ, ਖੁਦ ਕਹਿੰਦਾ ਕਿ ਉਹ ਹੁਣ ਆਪਣੇ ਆਪ ਨੂੰ ਗਾਲ ਕੱਢ ਰਿਹਾ। ਮੈਂ ਵੀਡੀਓ 'ਚ ਕਹਿ ਰਿਹਾ ਕਿ ਕੁੜੀ ਨੂੰ ਮਾਂ ਭੈਣਾਂ ਦੀਆਂ ਗਾਲਾਂ ਨਾ ਕੱਢੋ, ਜੋ ਉਹਨੇ ਗੀਤ ਗਲਤ ਗਾਇਆ, ਕੁਛ ਵੀ ਗਾਇਆ, ਕੋਈ ਗਲਤ ਕੰਮ ਕਰਦੀ ਆ, ਉਹਦੇ 'ਤੇ ਬੋਲੋ ਤੁਸੀਂ, ਤਰਕ ਦੇ ਆਧਾਰ 'ਤੇ ਬੋਲੋ। ਮਾਂ ਭੈਣਾਂ ਦੀਆਂ ਗਾਲਾਂ ਕੱਢ ਕੇ ਨਹੀਂ ਕੁਛ ਹੁੰਦਾ ਹੁੰਦਾ। ਅਤੇ ਅੱਗੋਂ ਮੈਨੂੰ ਕਹਿੰਦੇ ਨੇ ਤੂੰ ਵੀ ਤਾਂ ਇਹਨੂੰ ਕੰਜਰੀਆਂ ਕਹਿਣਾ, ਕੰਜਰੀ ਪੇਸ਼ੇ ਦਾ ਨਾਮ ਆ, ਕੰਜਰਖਾਨਾ ਕਰਨ ਵਾਲੀ ਨੂੰ ਕੰਜਰੀ ਉਹ ਕਹਾਂਗੇ, ਹੋਰ ਸਰਦਾਰ ਨਹੀਂ ਕਹਿਣਾ ਆ। ਬੱਬੂ ਮਾਨ ਤਾਂ ਆਪ ਕਹਿੰਦਾ ਆ ਕਿ ਅਸੀਂ ਕੰਜਰ ਹਾਂ, ਹੁਣ ਆਪਣੇ ਆਪ ਨੂੰ ਉਹਨੇ ਗਾਲ ਕੱਢ ਲਈ। ਫਿਰ ਅਸੀਂ ਤੁਸੀਂ ਜੇ ਕੰਜਰ ਕੰਜਰੀ ਜਾਂ ਕੰਜਰ ਸ਼ਬਦ ਨੂੰ ਗਾਲ ਮੰਨਦੇ ਹੋ ਤਾਂ ਬੱਬੂ ਮਾਨ ਆਪਣੇ ਆਪ ਨੂੰ ਸਟੇਜ 'ਤੇ ਖੜਾ ਗਾਲਾਂ ਕੱਢੀ ਜਾਂਦਾ। ਕੋਈ ਤਰਕ ਨਾਲ ਗੱਲ ਕਰਿਆ ਕਰੋ, ਜਬਲੀਆਂ ਨਹੀਂ ਮਾਰੀ ਦੀਆਂ। 20 ਵਾਰ ਕਹਿਣਾ ਤਰਕ ਨਾਲ, ਤਰਕ ਨਾਲ ਗੱਲ ਪਿੱਛੇ ਕੋਈ ਤੁਹਾਡੇ ਹੁੰਦਾ ਹੀ ਨਹੀਂ, ਕੋਈ ਕੋਈ ਵਜ਼ਨੇ ਨਹੀਂ ਹੁੰਦਾ ਕੋਈ। ਟਰੱਕ ਦੀ ਡਰਾਈਵਰੀ ਕਰਨ ਵਾਲੇ ਨੂੰ ਅਸੀਂ ਫੁੱਟਬਾਲ ਪਲੇਅਰ ਨਹੀਂ ਕਹਿੰਦੇ, ਉਹਨੂੰ ਟਰੱਕ ਡਰਾਈਵਰ ਕਹਿੰਦੇ ਹਾਂ। ਕੰਜਰਖਾਨਾ ਕਰਨ ਵਾਲੇ ਮੁੰਡੇ ਨੂੰ ਕੰਜਰ ਅਤੇ ਕੰਜਰਖਾਨਾ ਕਰਨ ਵਾਲੀ ਕੁੜੀ ਨੂੰ ਕੰਜਰੀ ਕਿਹਾ ਜਾਂਦਾ ਆ। ਹੁਣ ਸ਼ਾਇਦ ਖਾਨੇ ਗੱਲ ਪੈ ਗਈ ਹੋਣੀ ਆ। ਜੇ ਕੰਜਰੀ ਜਾਂ ਕੰਜਰ ਗਾਲ ਆ ਇਹ ਸ਼ਬਦ, ਤਾਂ ਬੱਬੂ ਮਾਨ ਖੁਦ ਨੂੰ ਗਾਲਾਂ ਕੱਢ ਰਿਹਾ ਸਟੇਜ 'ਤੇ ਖੜਾ ਆਪਣੇ ਆਪ ਨੂੰ। ਠੀਕ ਆ, ਸੋ ਤਰਕ ਨਾਲ ਗੱਲ ਕਰਿਆ ਕਰੋ, ਕੁਛ ਵੀ ਮੈਂ ਬੋਲਦਾ ਹਾਂ ਗੁਰੂ ਘਰ ਦਾ ਓਟ ਆਸਰਾ ਲੈ ਕੇ ਤਰਕ ਦੇ ਆਧਾਰ 'ਤੇ ਹੀ ਬੋਲਦਾ ਹਾਂ। ਕਦੇ ਵੀ ਐਂ ਗੱਲ ਨਹੀਂ ਕੀਤੀ ਕਿ ਜੋ ਵੀ ਗੱਲ ਕਰ ਰਿਹਾ ਉਹਦੇ ਮਗਰ ਕੋਈ ਮੇਰੇ ਕੋਲ ਐਵੀਡੈਂਸ ਨਾ ਹੋਵੇ। ਸਾਹਮਣੇ ਬੈਠ ਕੇ ਵਿਚਾਰ ਕਰੇ ਜਿਹਨੇ ਕਰਨਾ ਆ, ਇੱਥੇ ਦੇਖ ਲਿਆ ਸੀ ਮੈਂ ਕਰਾਊਨ ਪਲਾਜ਼ਾ 'ਚ ਕਿਵੇਂ ਭੱਜਿਆ ਉਹ ਗੱਲ ਕਰਨ ਤੋਂ, ਅਤੇ ਜਿਹੜੇ ਉੱਥੇ ਬੰਦੇ ਖੜ੍ਹੇ ਸੀਗੇ ਉਹ ਚਸ਼ਮਦੀਦ ਗਵਾਹ ਨੇ। ਅਤੇ ਰਵਿੰਦਰ ਹੰਡਾ ਦੀ ਕੋਈ ਗੱਲ ਨਹੀਂ, ਜੋ ਵੀ ਉਹ ਬੋਲਦੇ ਨੇ ਮਾਂ ਭੈਣ ਦੀ ਗਾਲਾਂ ਕੱਢਦੇ ਨੇ, ਉਹਦੇ ਮੈਂ ਤਾਂ ਬਿਲਕੁਲ ਨਖੇਧੀ ਕਰਦਾ ਉਸ ਚੀਜ਼ ਦੀ। ਕੁੜੀ ਨੂੰ ਮਾਂ ਭੈਣ ਦੀ ਗਾਲ ਨਹੀਂ ਕੱਢੀ, ਮੈਂ ਉਹ ਪਿਛਲੀ ਵੀਡੀਓ 'ਚ ਵੀ ਕਿਹਾ ਸੀ ਇੱਕ ਬੇਸਵਾ ਔਰਤ ਨੂੰ ਵੀ ਅਸੀਂ ਮਾਂ ਭੈਣ ਦੀ ਗਾਲ ਨਹੀਂ ਕੱਢ ਸਕਦੇ। ਚੌਂਕ ਵਿੱਚ ਖੜੀ ਹੋਵੇ ਅਸੀਂ ਉਹਨੂੰ ਮਾਂ ਭੈਣ ਦੀ ਗਾਲ ਨਹੀਂ ਕੱਢ ਸਕਦੇ, ਬੇਸ਼ੱਕ ਉਹ ਅੱਤ ਦੀ ਗੰਦੀ ਔਰਤ ਆ, ਆਪਣਾ ਸਰੀਰ ਵੇਚਦੀ ਆ, ਅਸੀਂ ਉਹਨੂੰ ਵੀ ਮਾਂ ਭੈਣ ਦੀ ਗਾਲ ਨਹੀਂ ਕੱਢ ਸਕਦੇ। ਆਹ ਸੋਸ਼ਲ ਮੀਡੀਆ 'ਤੇ ਜਿੱਥੇ ਲੱਖਾਂ ਲੋਕ ਬੈਠੇ ਨੇ ਉੱਥੇ ਤੁਸੀਂ ਮਾਂ ਭੈਣ ਦੀਆਂ ਗਾਲਾਂ ਕੱਢ ਰਹੇ ਹੋ ਕਿਸੇ ਕੁੜੀ ਨੂੰ, ਨਾਲੇ ਇੱਕ ਗਾਉਣੇ ਵਾਲੀ ਆ, ਠੀਕ ਆ, ਕੰਜਰਖਾਨਾ ਕਰਦੀ ਆ, ਮਾੜੇ ਗੀਤ ਕੱਢਦੀ ਆ, ਤੁਸੀਂ ਉਹਦੇ 'ਤੇ ਬੋਲੋ ਕਿ ਮਾੜੇ ਗੀਤ ਨਾ ਕੱਢ। ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਅੱਜ ਕੋਈ ਸਿੰਗਰ ਮੁੰਡਾ ਜਾਂ ਸਿੰਗਰ ਕੋਈ ਕੁੜੀ ਗੁਰੂ ਘਰ ਵਾਲੇ ਬਣਦੇ ਨੇ, ਜਿਨ੍ਹਾਂ ਨੂੰ ਮੈਂ ਕੰਜਰੀ ਵੀ ਕਹਿਣਾ ਕੰਜਰ ਵੀ ਕਹਿਣਾ, ਜੇ ਉਹ ਅੱਜ ਗੁਰੂ ਘਰ ਵਾਲੇ ਬਣਦੇ ਨੇ ਤਾਂ ਮੈਂ ਉਹਨਾਂ ਨੂੰ ਆਪਣੇ ਵੀਰ ਅਤੇ ਆਪਣੀਆਂ ਭੈਣਾਂ ਕਹਿ ਕੇ ਬੁਲਾਊਂਗਾ। ਪਰ ਵੀਰਾਂ ਅਤੇ ਭੈਣਾਂ ਵਾਲੇ ਕੰਮ ਤਾਂ ਕਰੋ। ਰੁਪਿੰਦਰ ਹੰਡਾ ਦੇ ਨਾਲ ਤਾਂ ਖੜਿਆ, ਇੱਕ ਕੁੜੀ ਆ, ਸਿਰਫ ਇੱਕ ਕੁੜੀ ਹੋਣ ਦੇ ਨਾਤੇ ਜੋ ਕੁੜੀ ਆ, ਇੱਕ ਸਿਰਫ ਇਸ ਕਰਕੇ ਖੜਾ ਆ। ਉਹਨੇ ਮੇਰੀ ਵੀਡੀਓ ਬਾਰੇ ਕੋਈ ਗੱਲ ਕਰਨੀ ਆ ਨਹੀਂ ਕਰਨੀ ਮੈਨੂੰ ਪਤਾ, ਉਹਨੂੰ ਪਤਾ ਮੈਂ ਬਰਾਬਰ ਗੱਲ ਕਰਤੀ ਨਾ, ਉਹਨੇ ਗੱਲ ਵੀ ਨਹੀਂ ਕੋਈ ਕਰਨੀ, ਮੈਨੂੰ ਨਹੀਂ ਪਤਾ ਉਹਨੇ ਗੱਲ ਕਰਨੀ ਆ ਜਾਂ ਨਹੀਂ ਕਰਨੀ ਕੋਈ। ਪਰ ਜੋ ਮੇਰਾ ਫਰਜ਼ ਬਣਦਾ